ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰੇ ਸਾਹਿਬਾਨਾਂ ਦੀ ਯੋਗ ਅਗਵਾਈ ਦੇ ਹੇਠਾਂ ਅੱਜ ਦਾ ਇਹ ਵਿਸ਼ਾਲ ਨਗਰ ਕੀਰਤਨ ਪਰਾਧਾ ਹੁੰਦਾ ਹੋਇਆ ਇਸ ਤੀਸਰੇ ਪਾਵਨ ਪੜਾਅ ਤੇ ਪਹੁੰਚ ਚੁੱਕਾ ਹੈ। ਸਾਰੀ ਸੰਗਤ ਬੜੀ ਚੜ੍ਹਦੀ ਕਲਾ ਦੇ ਨਾਲ ਹਜ਼ੂਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਛੇ ਪਿਛੇ ਨਗਰ ਦੀ ਪ੍ਰਕਰਮਾ ਕਰ ਰਹੀ ਹੈ। ਸਾਰ ਸੰਗਤ ਆਪਣੀ ਆਪਣੀ ਹਾਜ਼ਰੀ ਗੁਰੂ ਫਤਿਹ ਦੇ ਰਾਹੀਂ ਗੁਰੂ ਕੇ ਚਰਨਾਂ ਵਿੱਚ ਲਗਵਾਓ ਕੋਈ ਇਸ ਨਾਲ ਮਾਝੀ ਨਾ ਰਹੇ। ਬੜੇ ਅਦਭੁਤ ਸਤਿਕਾਰ ਸਾਹਿਬ ਦੋਵੇਂ ਹੱਥ ਜੋੜੋ, ਸੀਸ ਝੁਕਾਓ ਤੇ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਪੜਾਅ ਦੇ ਸਮੇਂ ਦੀ ਵਿਧੀ ਮੁਤਾਬਕ ਇਸ ਪੜਾਅ ਦਾ ਸਮਾਂ ਤੁਸਾਂ ਨੇ ਸਰਵਣ ਕੀਤਾ ਹੈ। ਸਨਮਾਨਯੋਗ ਸਾਧ ਸੰਗਤ, ਅੱਜ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸਵਾਗਤ ਅੰਦਰ ਜੁੜੇ ਹੋਏ। ਪੜਾਅ ਦਾ ਪੜਾਅ ਗੁਰੂ ਦੀ ਸੰਗਤ ਦੇ ਚਰਨਾਂ ਵਿੱਚ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਂਝਾ ਕੀਤਾ ਜਾ ਰਿਹਾ ਹੈ। ਪਿਛਲੇ ਪੜਾਅ 'ਤੇ ਆਪਾਂ ਸਰਵਣ ਕੀਤਾ ਹੈ ਕਿ ਸਤਿਗੁਰੂ ਜੀ ਦੀ ਉਪਮਾ, ਸਤਿਗੁਰੂ ਜੀ ਦੀ ਵਡਿਆਈ ਅਤੇ ਸ਼ੋਭਾ ਸੈਯਦ ਪੀਰ ਨੇ ਦੁਨੀਆਂ ਦੇ ਲੋਕਾਂ ਨੂੰ ਸੁਣਾਈ ਵੀ ਇਹ ਸਤਿਗੁਰ ਪਰਮਗਾਰ ਇਸ ਦੁਨੀਆਂ 'ਤੇ ਪ੍ਰਗਟ ਹੋਏ। ਮਹਾਰਾਜ ਜੀ ਨੇ ਆਪਣਾ ਬਚਪਨ ਪਟਨੇ ਦੀ ਪਾਵਨ ਪਵਿੱਤਰ ਧਰਤੀ ਤੇ ਬਤੀਤ ਕੀਤਾ। ਪੰਡਿਤ ਸ਼ਿਵ ਦੱਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਦਾਰ ਬਖਸ਼ਿਸ਼ ਕੀਤੇ ਔਰ ਰਾਜਾ ਫਤਿਹ ਚੰਦ ਮੈਣੀ ਔਰ ਉਸਦੀ ਧਰਮ ਪਤਨੀ ਜਿਸ ਨੂੰ ਰਾਣੀ ਮੈਣੀ ਦੇ ਇਤਿਹਾਸ ਵਿੱਚ ਲਿਖਿਆ ਹੈ ਬੇ ਔਲਾਦੇ ਸਨ। ਮਹਾਰਾਜ ਜੀ ਨੇ ਆਪ ਗੋਦ ਬੈਠ ਕੇ ਰਾਣੀ ਮੈਣੀ ਦੀ ਗੋਦ ਵਿੱਚ ਬਹਿ ਕੇ ਕਿਹਾ ਸੀ ਮਾਂ ਮੈਂ ਆ ਗਿਆ ਹਾਂ। ਗੁਰੂ ਕੀ ਸਾਚੀ ਵਾਲੀ ਸਾਧ ਸੰਗਤ ਉਸੇ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਬਾਲ ਚੋਜ ਬਾਲ ਪਾਵਕਤ ਕੀਤੇ। ਇਸ ਤੋਂ ਉਪਰੰਤ ਅਗਲਾ ਜੀਵਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪ੍ਰਾਰੰਭ ਹੁੰਦਾ। ਤਿੰਨ ਭਾਗ ਨੇ ਮਹਾਰਾਜ ਜੀ ਦੇ ਜੀਵਨ ਨੂੰ। ਪਹਿਲਾ ਭਾਗ ਹੈ ਬਚਪਨ ਦਾ ਜਿਹੜਾ ਪੜਨੇ ਦੀ ਧਰਤੀ ਤੇ ਗੁਜ਼ਾਰਿਆ। ਦੂਜਾ ਸਤਿਗੁਰੂ ਜੀ ਦੀ ਜ਼ਿੰਦਗੀ ਦਾ ਭਾਗ ਹੈ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਬਤੀਤ ਕੀਤਾ। ਤੀਜਾ ਜ਼ਿੰਦਗੀ ਦਾ ਭਾਗ ਹੈ ਜਿਹੜਾ ਸਤਿਗੁਰੂ ਜੀ ਨੇ ਚੰਦਰਵਰਤੀ ਚੱਲਦਿਆਂ ਫਿਰਦਿਆਂ ਬਸਰ ਕੀਤਾ। ਸਨਮਾਨਯੋਗ ਸਾਧ ਸੰਗਤ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਲਿਖਦੇ ਨੇ ਕਿ ਗੁਰੂ ਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ 6 ਸਾਲ ਦੀ ਉਮਰ ਵਿੱਚ ਪਟਨੇ ਦੀ ਧਰਤੀ ਨੂੰ ਛੱਡ ਦਿੰਦੇ ਹਨ। ਜਦੋਂ ਤੱਕ
ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤ ਦੇ ਦਰਸ਼ਨ ਕਰ ਲਏ ਹੁੰਦੇ, ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਖੋਵਾਲ ਦੀ ਖੇਤ ਤੋਂ ਬਾਅਦ ਵਿੱਚ ਚੱਕ ਨਾਨਕੀ ਬੰਨ ਵਾਲਾ ਸ਼ਹਿਰ ਉਸ ਸ਼ਹਿਰ ਵਿੱਚ ਸਨ। ਉਹ ਸ਼ਹਿਰ ਅੱਜ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਹੈ। ਸਨਮਾਨਯੋਗ ਸਾਧ ਸੰਗਤ, ਜੇ ਆਪਾਂ ਇਸ ਸ਼ਹਿਰ ਦੇ ਪਿਛੋਕੜ ਵੱਲ ਝਾਤ ਮਾਰੀਏ ਤੇ ਇਤਿਹਾਸ ਦੇ ਪੰਨੇ ਸਾਡੇ ਸਾਹਮਣੇ ਉੱਕਰ ਕੇ ਆਉਣਗੇ। ਜਦੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚ ਗ੍ਰਿਫਤਾਰ ਸਨ, ਜਦੋਂ ਸਤਿਗੁਰੂ ਜੀ ਦੇ ਗ੍ਰਿਫਤਾਰੀ ਤੋਂ ਬਾਅਦ ਇਸ ਕਿਲ੍ਹੇ ਵਿੱਚੋਂ ਰਿਹਾਈ ਲਈ ਤੇ ਮਹਾਰਾਜ ਜੀ ਨੇ ਆਪਣੇ ਨਾਲ 52 ਰਾਜੇ ਵੀ ਰਿਹਾ ਕਰਵਾਏ ਸਨ। ਉਹਨਾਂ 52 ਰਾਜਿਆਂ ਦੇ ਵਿੱਚੋਂ ਇੱਕ ਰਾਜਾ ਸੀ ਰਾਜਾ ਦੀਪ ਚੰਦ। ਉਸ ਦੀਪ ਚੰਦ ਰਾਜੇ ਦਾ ਪੁੱਤਰ ਸੀ ਤਾਰਾ ਚੰਦ। ਤਾਰੇ ਚੰਦ ਦੀ ਘਰਵਾਲੀ ਦਾ ਨਾਮ ਸੀ ਰਾਣੀ ਚੰਪਾ। ਗੁਰੂ ਘਰ ਦੇ ਨਾਲ ਅਥਾਹ ਸਨੇਹ ਸੀ। ਰਾਜਾ ਦੀਪ ਚੰਦ ਇਸ ਦੁਨੀਆਂ ਤੋਂ ਤੁਰ ਗਿਆ, ਉਦੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਜੋਤੀ ਜੋਤ ਸਮਾ ਗਏ ਸਨ। ਅਗਲਾ ਸਮਾਂ ਸੀ ਤਾਰਾ ਚੰਦ ਦਾ। ਤਾਰਾ ਚੰਦ ਦੇ ਵਕਤ ਦੇ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਸੰਸਾਰ ਤੇ ਸ਼ੋਭਾ ਪਾ ਰਹੇ ਸਨ। ਇਤਿਹਾਸ ਕਹਿੰਦਾ ਹੈ ਤਾਰਾ ਚੰਦ ਰਾਜਾ ਚੜ੍ਹਾਈ ਕਰ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਖਬਰ ਪਹੁੰਚੀ। ਹਜ਼ੂਰ ਉਸ ਪਰਿਵਾਰ ਦੇ ਨਾਲ ਸਤ ਸੰਗਤ ਇਸ ਸਮੇਂ ਤੇ ਦੁੱਖ ਦੀਆਂ ਬਾਤਾਂ ਸਾਂਝੀਆਂ ਕਰਨ ਵਾਸਤੇ ਗਏ ਤੇ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਖਿਆ, ਮਹਾਰਾਜ ਤੁਸਾਂ ਨੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਤੁਹਾਡੇ ਸਤਿਕਾਰਯੋਗ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਸਹੁਰਾ ਸਾਹਿਬ ਰਾਜਾ ਦੀਪ ਚੰਦ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਰਿਹਾ ਕਰਵਾਇਆ ਸੀ, ਅਗਰ ਉਹ ਰਿਹਾ ਨਾ ਕਰਵਾਉਂਦੇ ਤੇ ਅੱਜ ਅਸੀਂ ਇੱਥੇ ਨਾ ਹੋਵੇ। ਫਿਰ ਅਸੀਂ ਪ੍ਰੇਮ ਭੇਟਾ ਤੁਹਾਨੂੰ ਭੇਟ ਕਰਨੀ ਚਾਹੁੰਦੇ ਹਾਂ। ਆਹ ਮਾਖੋ ਆਪਦੀ ਥੇ ਵਾਲੀ ਜ਼ਮੀਨ ਸਾਡੀ ਹੈ ਤੇ ਅਸੀਂ ਤੁਹਾਨੂੰ ਭੇਟਾ ਵਜੋਂ ਭੇਟ ਕਰਨੀ ਚਾਹੁੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਰਾਣੀ ਚੰਪਾ ਇਹ ਭੇਟਾ ਅਸੀਂ ਫ੍ਰੀ ਵਿੱਚ ਪ੍ਰਵਾਨ ਨਹੀਂ ਕਰਾਂਗੇ। ਅਗਰ ਜੇ ਇਹ ਜ਼ਮੀਨ ਇਹ ਜਗ੍ਹਾ ਤੁਸੀਂ ਸਾਨੂੰ ਦੇਣੀ ਹੈ ਨਾ ਤੇ ਅਸੀਂ ਇਹ ਜ਼ਮੀਨ ਇਹ ਜਗ੍ਹਾ ਮੁੱਲ ਖਰੀਦਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਗ੍ਹਾ ਇਹ ਜ਼ਮੀਨ ਮੁੱਲ ਖਰੀਦੀ। ਉਸ ਜਗ੍ਹਾ ਨੂੰ ਮੁੱਲ ਖਰੀਦ ਕੇ ਮਹਾਰਾਜ ਜੀ ਨੇ ਮਾਖੋਵਾਲ ਦੀ ਥੇ ਤੇ ਜਗ੍ਹਾ ਆਪਣੇ ਮਾਤਾ ਜੀ ਦੇ ਨਾਮ ਉੱਪਰ ਇਸ ਪਿੰਡ ਦਾ ਨਾਮ ਰੱਖਿਆ ਚੱਕ ਨਾਨਕੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਦਾ ਨਾਂ ਸੀ ਮਾਤਾ ਨਾਨਕੀ। ਇਸ ਚੱਕ ਨਾਨਕੀ ਦਾ ਨਾਮ ਅਨੰਦਪੁਰ ਸਾਹਿਬ ਕਿਵੇਂ ਪਿਆ? ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਰਿਵਾਰ ਨੂੰ ਰਾਹਦਾਰੀ ਭੇਜ ਕੇ ਬੁਲਾਇਆ ਨਾ ਕਿ ਸਾਰਾ ਪਰਿਵਾਰ ਪਟਨਾ ਸਾਹਿਬ ਦੀ ਧਰਤੀ ਨੂੰ ਛੱਡ ਕੇ ਚੱਕ ਨਾਨਕੀ ਪਿੰਡ ਵਿੱਚ ਨੇੜੇ ਰੋਪੜ ਪਹੁੰਚ ਜਾਓ। ਸਾਰਾ ਪਰਿਵਾਰ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੰਦ ਸਾਹਿਬ ਦੀ ਬਾਣੀ ਦਾ ਜਾਪ ਕੀਤਾ ਤੇ ਮੁਖਾਰ ਵਿੱਚੋਂ ਉਚਾਰਿਆ ਕਿ ਅੱਜ ਬੜਾ ਆਨੰਦ ਵਸ ਰਿਹਾ ਹੈ, ਅੱਜ ਬੜਾ ਰਮਣੀਕ ਤੇ ਆਨੰਦਿਤ ਜਿਹਾ ਮਾਹੌਲ ਬਣਿਆ ਹੈ, ਆਨੰਦਾਂ ਦੀ ਪੂਰੀ ਵਾਲਾ ਸਮਾਂ ਬਣਿਆ ਹੋਇਆ ਹੈ, ਆਨੰਦਪੁਰ ਵਰਸ ਰਿਹਾ ਹੈ। ਇੱਥੇ ਸਤਿ ਸੰਗਤ ਪ੍ਰਿੰਸੀਪਲ ਸਾਹਿਬ ਕਹਿੰਦੇ ਨੇ ਕਿ 1673 ਈਸਵੀ ਦੇ ਅੰਦਰ ਇਸ ਚੱਕ ਨਾਨਕੀ ਪਿੰਡ ਦਾ ਨਾਮ ਆਨੰਦਪੁਰ ਸਾਹਿਬ ਪਿਆ। ਇੱਕ ਵਿਦਵਾਨ ਨੇ ਲਿਖਿਆ, ਉਹ ਕਹਿੰਦਾ ਫੁੱਲਾਂ ਵਿੱਚੋਂ ਫੁੱਲ ਜਿਹੜੇ ਫੁੱਲ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੋਵੇ ਆਨੰਦਪੁਰ ਸਾਹਿਬ ਦਾ। ਆਨੰਦਪੁਰ ਸਾਹਿਬ ਦੇ ਨਾਲ ਸਾਡਾ ਬੜਾ ਗੂੜਾ ਸੰਬੰਧ ਹੈ, ਸਾਨੂੰ ਇਸ ਦੀ ਮਹਾਨਤਾ ਸਮਝਣੀ ਪਵੇਗੀ। ਇਹ ਆਨੰਦਪੁਰ ਦਾ ਨਾਮ ਐੜੇ ਅੱਖਰ ਤੋਂ ਸ਼ੁਰੂ ਹੋਇਆ, ਕਦੇ ਸਤ ਸੰਗਤ ਐੜੇ ਅੱਖਰ ਤੋਂ ਅੰਮ੍ਰਿਤਸਰ ਦਾ ਨਾਮ ਸ਼ੁਰੂ ਹੁੰਦਾ ਹੈ, ਉਸ ਐੜੇ ਤੋਂ ਅੰਮ੍ਰਿਤਸਰ ਵਾਲੇ ਸ਼ਹਿਰ ਵਿੱਚ ਸਾਨੂੰ ਗੁਰੂ ਗ੍ਰੰਥ ਮਿਲਿਆ, ਐੜੇ ਤੋਂ ਆਨੰਦਪੁਰ ਵਾਲੇ ਸ਼ਹਿਰ ਵਿੱਚ ਸਾਨੂੰ ਗੁਰੂ ਪੰਥ ਮਿਲਿਆ। ਜਿਹੜੇ ਗੁਰੂ ਪੰਥ ਨੇ ਗੁਰੂ ਗ੍ਰੰਥ ਦੀ ਅਗਵਾਈ ਕਰਨੀ ਸੀ ਤੇ ਗੁਰੂ ਗ੍ਰੰਥ ਦੇ ਬਚਨਾਂ ਉੱਪਰ ਪਹਿਰਾ ਦੇਣਾ ਸੀ, ਉਹ ਪੰਥ ਵੀ ਐੜੇ ਤੋਂ ਆਨੰਦਪੁਰ ਵਾਲੇ ਸ਼ਹਿਰ ਵਿੱਚ ਤਿਆਰ ਹੋਇਆ।
ਉਸ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ੋਭਾ ਪਾ ਰਹੇ ਸਨ। ਇੱਕ ਦਿਨ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਘਰਾਂ ਤੋਂ ਸਮੇਂ ਤੋਂ ਸਮਾਂ ਕੱਢ ਕੇ ਗੁਰੂ ਕੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਆਏ। ਅੱਜ ਵਰਗਾ ਸਮਾਂ ਨਹੀਂ, ਆਪਣੇ ਸਾਧਨ 'ਤੇ ਅਸੀਂ ਸਵਾਰ ਹੋ ਰਹੇ ਹਾਂ ਅਤੇ ਮੀਲਾਂ ਪ੍ਰਤੀ ਜਿਹੜਾ ਬੰਧ ਹੈ ਉਹ ਘੰਟਿਆਂ ਵਿੱਚ ਤੈਅ ਕਰ ਦਿੰਦੇ ਹਾਂ। ਜੇ ਕਿਸੇ ਸਮੁੰਦਰ, ਦਰਿਆ, ਨਦੀ ਨੂੰ ਪਾਰ ਕਰਨਾ ਹੋਵੇ ਤਾਂ ਬ੍ਰਿਜ ਬਣੇ ਹੋਏ ਨੇ, ਪੁਲ ਬਣੇ ਹੋਏ ਨੇ। ਸਤਿ ਸੰਗਤ ਉਦੋਂ ਸਮਾਂ ਕੋਈ ਹੋਰ ਸੀ। ਅਨੰਦਪੁਰ ਸਾਹਿਬ ਪਹੁੰਚਣ ਵਾਸਤੇ ਕੁਝ ਪਤਨ ਕਰਦੇ ਸਨ, ਨੰਗਲ ਵਾਲੇ ਪਾਸੇ, ਕੁਝ ਨਵਾਂ ਸ਼ਹਿਰ ਵਾਲੇ ਪਾਸੇ, ਕੁਝ ਰੋਪੜ ਵਾਲੇ ਪਾਸੇ। ਅਨੰਦਪੁਰ ਪਹੁੰਚਣ ਵਾਸਤੇ ਦਰਿਆ ਦੇ ਵਿੱਚੋਂ ਵੀ ਗੁਜ਼ਰਨਾ ਪੈਂਦਾ ਸੀ ਵਿਹੜੇ 'ਚ ਬਹਿ ਕੇ। ਇੱਕ ਦਿਨ ਇੱਕ ਸੰਗਤ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਦਰਿਆ ਨੂੰ ਪਾਰ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੀ। ਸਾਰਾ ਦਿਨ ਉਹਨਾਂ ਨੇ ਗੁਰੂ ਘਰ ਸੇਵਾ ਕੀਤੀ, ਗੁਰੂ ਕੀ ਸੰਗਤ ਵਿੱਚ ਹਾਜ਼ਰੀ ਭਰੀ, ਮਹਾਰਾਜ ਜੀ ਦੇ ਵਚਨ ਸਰਵਣ ਕੀਤੇ। ਸ਼ਾਮ ਹੋਈ ਤੇ ਉਹ ਆਪਣੇ ਘਰਾਂ ਨੂੰ ਜਾਣ ਲੱਗੀ ਸੰਗਤ। ਦਰਿਆਏ ਪੱਤਣ ਦੇ ਕੰਢੇ 'ਤੇ ਗਈ, ਬੇੜੇ 'ਚ ਸਵਾਰ ਹੋਈ ਅਤੇ ਜਿਹੜਾ ਬੇੜੇ ਦਾ ਚਾਲਕ ਸੀ ਉਹ ਇੱਕ ਮੁਸਲਮਾਨ ਸੀ। ਮੁਸਲਮਾਨ ਸੰਗਤ ਬੇੜੇ 'ਚ ਸਵਾਰ ਹੋ ਕੇ ਆਪਣੇ ਗੁਰੂ ਦੀਆਂ ਬਾਤਾਂ ਪਾਉਣ ਲੱਗੀ, ਕਿਉਂਕਿ ਸਿੱਖ ਜਿੱਥੇ ਵੀ ਹੋਵੇ ਨਾ, ਸਤ ਸੰਗਤ ਉਹ ਆਪਣੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਵਿਚਾਰ ਦੇ ਉੱਪਰ ਅਮਲ ਕਰਦਾ। ਭਾਈ ਗੁਰਦਾਸ ਜੀ ਨੂੰ ਪੜ੍ਹੀਏ ਤਾਂ ਭਾਈ ਗੁਰਦਾਸ ਜੀ ਕਹਿੰਦੇ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਜਿੱਥੇ ਇਕੱਲਾ ਸਰੀਰ ਪ੍ਰਭੂ ਦੀ ਉਸਤਤ ਕਰ ਰਿਹਾ ਹੋਵੇ ਉਹਨੂੰ ਸਿੱਖ ਦਾ ਦਰਜਾ ਦਿੱਤਾ ਜਾ ਸਕਦਾ ਹੈ। ਜਿੱਥੇ ਦੋ ਸਰੀਰ ਰਲ ਕੇ ਬੈਠੇ ਹੋਣ ਉਹਨੂੰ ਸਾਧ ਸੰਗਤ ਦਾ ਦਰਜਾ ਦਿੱਤਾ ਜਾ ਸਕਦਾ ਕਿ ਇੱਥੇ ਸੰਗਤ ਹੋ ਰਹੀ ਹੈ, ਚੰਗੇ ਵਿਚਾਰ ਚੱਲ ਰਹੇ ਨੇ। ਜਿੱਥੇ ਪੰਜ ਸਰੀਰ ਰਲ ਕੇ ਬੈਠੇ ਹੋਣ ਜਾਂ ਪੰਜਾਂ ਤੋਂ ਵੱਧ ਹੋਣ ਉੱਥੇ ਸਨਮਾਨਯੋਗ ਸਾਧ ਸੰਗਤ ਪਰਮੇਸ਼ਰ ਦਾ ਵਸਣਾ ਲਾਜ਼ਮੀ ਹੋ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਪੜ੍ਹੀਏ ਤੇ ਮਹਾਰਾਜ ਕਹਿੰਦੇ ਨੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਇਹ ਗੱਲ ਸੱਚ ਹੈ। ਖੈਰ, ਸੰਗਤ ਬੇੜੇ ਵਿੱਚ ਬੈਠੀ ਹੈ, ਬੇੜੇ ਦਾ ਚਾਲਕ ਮਲਾਹ ਬੇੜੇ ਨੂੰ ਚੱਪੂ ਲਾ ਰਿਹਾ ਹੈ, ਉਹ ਹੈ ਮੁਸਲਮਾਨ। ਗੁਰੂ ਕੀ ਸੰਗਤ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਵਿਚਾਰ ਨੂੰ ਦੁਹਰਾ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਮੁਖਾਰ ਵਿੱਚੋਂ ਇੱਕ ਬਾਣੀ ਦਾ ਬਚਨ ਪੜ੍ਹਿਆ ਸੀ। ਉਹ ਬਚਨ ਗੁਰੂ ਕੀ ਸੰਗਤ ਨੇ ਯਾਦ ਕਰ ਲਿਆ। ਉਹ ਬਚਨ ਪਤਾ ਕਿਹੜਾ ਸੀ? ਹੋ ਉਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਬਾਣੀ ਕਹਿੰਦੀ ਹੈ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭਸੇ ਲਏ ਮਿਲਾਏ ਜੀਉ। ਸਤਿ ਸੰਗਤ ਗੁਰੂ ਤਾਂ ਉਹ ਹੈ ਜਿਹੜਾ ਵਿਛੜਿਆਂ ਦਾ ਮਿਲਾਪ ਕਰਾ ਦਿੰਦਾ ਹੈ। ਹਰਨਾਮੋ ਮੰਤਰ ਚੜ੍ਹਾਏ ਦਾ ਕੱਟੇ ਹੋਮੈ ਰੋਗ, ਵਿਛੜਿਆਂ ਮਿਲੇ ਪ੍ਰਭੂ ਹਰ ਦਰ ਕੈ ਕਾ ਵਸੀ। ਸਨਮਾਨ ਮੁੱਖ ਸਤਿ ਸੰਗਤ ਹੈ, ਉਸ ਗੁਰੂ ਦੇ ਅੰਦਰ ਇਤਨੀ ਵੱਡੀ ਤਾਕਤ ਤੇ ਬਰਕਤ ਹੈ, ਵਿਛੜਿਆ ਹੋਇਆਂ ਦਾ ਮਿਲਾਪ, ਵਿਜੋਗੀਆਂ ਦਾ ਸੰਯੋਗ ਕਰਾਉਣ ਵਾਲਾ ਗੁਰੂ ਹੈ। ਗੁਰੂ ਦੀ ਸੰਗਤ ਗੁਰੂ ਦੀ ਬਖਸ਼ਿਸ਼ ਕੀਤੇ ਹੋਏ ਵਿਚਾਰ ਨੂੰ ਪੜ੍ਹ ਰਹੀ ਹੈ ਤੇ ਮਲਾਹ ਇਸ ਪੰਕਤੀ ਨੂੰ ਧਿਆਨ ਨਾਲ ਸੁਣ ਰਿਹਾ ਹੈ, ਕਿਉਂਕਿ ਬਾਣੀ ਪੜ੍ਹੀ ਵੀ ਬੜੇ ਧਿਆਨ ਨਾਲ ਜਾਂਦੀ ਹੈ, ਸੁਣੀ ਵੀ ਬੜੇ ਧਿਆਨ ਨਾਲ ਜਾਂਦੀ ਹੈ, ਪੜ੍ਹਾਈ ਵੀ ਬੜੇ ਧਿਆਨ ਨਾਲ ਜਾਂਦੀ ਹੈ ਤੇ ਪੜ੍ਹੀ ਵੀ ਬਹੁਤ ਇਕਾਗਰਤਾ ਨਾਲ ਜਾਂਦੀ ਹੈ। ਇਹ ਅਵੇਸਲੇ ਪਾਉਣ ਵਾਲਾ ਵਿਸ਼ਾ ਨਹੀਂ, ਬਾਣੀ ਨਾਲ ਪਿਆਰ ਕਰਨਾ। ਸਤਿ ਸੰਗਤ, ਉਸ ਮਲਾਹ ਨੇ ਸੰਗਤ ਨੂੰ ਆਪਣੇ ਬੇੜੇ ਵਿੱਚ ਬਿਠਾਇਆ ਹੈ। ਇੱਕ ਪਤਨ ਤੋਂ ਦੂਜੇ ਪਤਨ ਤੇ ਬੇੜਾ ਪਹੁੰਚ ਗਿਆ, ਆਪਣੀ ਕਾਰ ਭੇਟਾ ਲਈ ਕਿਰਾਇਆ ਲਿਆ, ਸੰਗਤ ਪੁੱਤਰ ਤੇ ਆਪਣੇ ਘਰਾਂ ਨੂੰ ਚਲੀ ਗਈ। ਬੇੜੇ ਦੇ ਮਲਾਹ ਚਾਲਕ ਨੇ ਆਪਣੇ ਬੇੜੇ ਦਾ ਕੁੰਡਾ ਪਾਇਆ, ਸ਼ਾਮ ਦਾ ਵਕਤ ਹੈ, ਆਪਣੇ ਘਰ ਨੂੰ ਚਲਿਆ ਗਿਆ। ਆਪਣੇ ਮੂੰਹੋਂ ਬਾਣੀ ਦੀ ਪੰਕਤੀ ਦਾ ਰੋਲਾ ਜਾ ਰਿਹਾ ਹੈ, ਹੋ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਸਨਮਾਨਪੁਰ ਸਾਧ ਸੰਗਤ ਘਰੇ ਗਿਆ, ਸ਼ਾਮ ਹੋਈ, ਪ੍ਰਸ਼ਾਦਾ ਪਾਣੀ ਛਕਿਆ, ਆਰਾਮੇ ਬਿਸਤਰ ਵਿਛਿਆ ਹੋਇਆ ਤੇ ਆਰਾਮ ਕਰਨ ਵਾਸਤੇ ਲੇਟਦਾ ਹੈ। ਲੰਮੇ ਪੈਂਦਾ ਪਰ ਨੀਂਦ ਨਹੀਂ ਆਉਂਦੀ, ਸਾਰੀ ਰਾਤ ਗੁਜ਼ਰ ਜਾਂਦੀ ਹੈ, ਤੜਕਾ ਜਿਹਾ ਹੁੰਦਾ ਤੇ ਨੀਂਦ ਆ ਜਾਂਦੀ ਹੈ ਉਸ ਮਲਾਹ ਨੂੰ। ਜਿਹੜੇ
ਟਾਈਮ ਤੇ ਉੱਠਦਾ ਸੀ, ਉਸ ਟਾਈਮ ਤੋਂ ਉੱਠਣ ਵਿੱਚ ਲੇਟ ਹੋ ਗਿਆ ਤੇ ਉਸਦੀ ਸਿਆਣੀ ਸਵਾਣੀ ਘਰ ਵਾਲੀ ਨੇ ਆਵਾਜ਼ ਦੇ ਕੇ ਆਖਿਆ, ਸਿਰ ਦੇ ਸਾਈਂ ਪਤੀ ਦੇ, ਤੁਸੀਂ ਅੱਜ ਇਕੱਠੇ ਕਿਉਂ ਨਹੀਂ? ਕੀ ਗੱਲ, ਅੱਜ ਤੁਸੀਂ ਕੰਮ ਤੇ ਨਹੀਂ ਜਾਣਾ? ਜਿਹੜੇ ਚਾਰ ਕਮਰੇ ਤੁਸੀਂ ਕਮਾ ਕੇ ਲਿਆਉਂਦੇ ਹੋ ਨਾ, ਇਹਨਾਂ ਪੈਸਿਆਂ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਹੈ, ਤੁਸੀਂ ਉੱਠੋ ਤੇ ਆਪਣਾ ਕੰਮ ਕਾਰ ਕਰਨ ਵਾਸਤੇ ਜਾਓ। ਉਹ ਮਲਾਹ ਕਹਿੰਦਾ, ਭਾਗਾ ਵਾਲ ਗਿਆ, ਮੈਂ ਜਾਣਾ ਹੈ ਕੰਮ ਤੇ, ਜਾਣਾ ਕਿਉਂ ਨਹੀਂ? ਤੂੰ ਮੇਰਾ ਪ੍ਰਸ਼ਾਦਾ ਕਰੇ ਬਣ। ਸਤਿ ਸੰਗਤ ਗੁਰੂ ਰਹਿਮ ਕਰੇ, ਪਤੀ ਤੇ ਪਤਨੀ ਦਾ ਪਿਆਰ ਹੋਵੇ ਵੀ ਇਦਾਂ ਦਾ, ਜੇ ਪਤਨੀ ਕੋਈ ਗੱਲ ਕਵੇ ਤੇ ਪਤੀ ਮੰਨਣ ਵਾਸਤੇ ਤਿਆਰ ਹੋਵੇ, ਜੇ ਪਤੀ ਕੋਈ ਕੰਮ ਕਵੇ ਤੇ ਪਤਨੀ ਮੰਨਣ ਵਾਸਤੇ ਤਿਆਰ ਹੋਵੇ, ਫਿਰ ਜ਼ਿੰਦਗੀ ਬਤੀਤ ਕਰਨ ਦਾ ਸਵਾਲ ਹੀ ਕੋਈ ਵੱਖਰਾ ਹੁੰਦਾ ਹੈ। ਜੇ ਇਦਾਂ ਦਾ ਪਿਆਰ ਨਾ ਹੋਵੇ ਤੇ ਫਿਰ ਸਿਆਣੇ ਕਹਿੰਦੇ ਨੇ, ਜੋੜ ਦਾ ਜੱਟ ਥੋੜ ਜਾਣ ਮਰ ਬਥੇਰੇ। ਬਾਣੀ ਮਹਾਰਾਜ ਸੱਜੇ ਪਾਤਸ਼ਾਹ ਜੀ ਦੀ ਉਪਦੇਸ਼ ਬਖਸ਼ਿਸ਼ ਕਰਦੀ ਹੈ ਕਿ ਧਨ ਫਿਰ ਇਹ ਨਾ ਆਖੀਆਂ, ਧਨ ਫਿਰ ਦਾ ਅਰਥ ਹੈ ਪਤੀ ਪਤਨੀ, ਧਨ ਫਿਰ ਇਹ ਨਾ ਆਖੀਆਂ ਬਹਿਣ ਤੇ ਇਕੱਠੇ ਹੋਏ, ਇੱਕ ਜੋਤ ਦੋਏ ਪੂਰਤੀ, ਧਨ ਫਿਰ ਕਈ ਅਸੋਏ। ਅਸਲ ਵਿੱਚ ਪਤੀ ਪਤਨੀ ਉਹ ਹੈ ਜਿਹੜਾ ਇੱਕ ਦੂਜੇ ਦੀ ਗੱਲ ਸਮਝਦਾ ਹੈ, ਇੱਕ ਦੂਜੇ ਦੀ ਵਿਚਾਰ ਸਮਝਦਾ ਹੈ, ਕੱਪੜੇ ਮੈਚ ਕਰਕੇ ਪਹਿਨ ਲੈਣੇ, ਵਿਆਹ ਸ਼ਾਦੀ ਤੇ ਸਾਡੇ ਕੱਪੜੇ ਖੋਲੋ ਕੇ ਫੋਟੋ ਖਿਚਾ ਲੈਣੀ, ਪਤੀ ਦੇਵ ਤੁਹਾਡੀਆਂ ਅੱਖਾਂ ਵਿੱਚ ਲਾ ਲਈ ਹੈ। ਅੱਖਾਂ ਦੀਆਂ ਗੰਦੀਆਂ ਸੁਧੀਆਂ ਹੋਈਆਂ ਨੇ, ਕੀ ਗੱਲ ਤੁਸੀਂ ਰਾਤ ਸੁੱਤੇ ਨਹੀਂ, ਬੇਆਰਾਮ ਲੱਗਦੇ ਹੋ, ਬੇਚੈਨ ਲੱਗਦੇ ਹੋ, ਕੀ ਕਾਰਨ ਹੈ ਤੁਹਾਡੀ ਬੇਆਰਾਮੀ ਦਾ, ਬੇਚੈਨੀ ਦਾ? ਉਸ ਮਲਾਹ ਨੇ ਆਖਿਆ, ਭਾਗਾ ਵਾਲ ਗਏ, ਅਜੇ ਲਗਭਗ ਇਸਦੇ ਕਾਰਨ ਦਾ ਮੈਨੂੰ ਵੀ ਪਤਾ ਨਹੀਂ ਲੱਗਾ, ਮੈਨੂੰ ਕੋਈ ਸਲਿਊਸ਼ਨ ਤੇ ਰਿਜ਼ਲਟ ਨਹੀਂ ਲੱਭਾ, ਜੇ ਮਿਲ ਗਿਆ ਤਾਂ ਮੈਂ ਤੈਨੂੰ ਜ਼ਰੂਰ ਦੱਸਾਂਗਾ। ਇਹ ਨਹੀਂ ਕਹਿ ਕੇ ਘਰੋਂ ਮਰਾ ਤੁਰਿਆ, ਦਰਿਆਏ ਪੱਤਣ ਦੇ ਕੰਢੇ ਤੇ ਆਇਆ, ਸਤਿਗੁਰ ਬੇੜੇ ਦੀ ਸਾਫ਼ ਸਫਾਈ ਕਰ ਰਿਹਾ ਤੇ ਮੂੰਹੋਂ ਬੋਲ ਰਿਹਾ, ਹੋ ਤੁਮਰੀ ਕਰੋ ਨਿਤ ਆਸ ਪ੍ਰਭ ਹੋ ਕਬ ਕਰਨਾ, ਕਬ ਕਰਨਾ ਮੈਂ। ਉਹਦੇ ਬਾਕੀ ਮਲਾਹ ਭਰਾਵਾਂ ਨੇ ਕੋਲ ਆ ਕੇ ਆਖਿਆ, ਉਹ ਸਿੱਧਿਆ, ਸਿੱਧਾ ਮਲਾਹ ਸੀ ਉਹਦਾ ਨਾਮ, ਕਹਿੰਦਾ ਉਹ ਸਿੱਧਿਆ ਕੀ ਪੜ੍ਹਦੇ ਆਪਣੇ ਮੂੰਹੋਂ? ਕਹਿੰਦਾ ਮੈਂ ਬਾਣੀ ਪੜ੍ਹ ਲਿਆ। ਕਹਿੰਦੀ ਕਿਹਦੀ ਬਾਣੀ? ਕਹਿੰਦਾ ਅਨੰਦਪੁਰ ਦੇ ਵਾਸੀ। ਕਹਿੰਦੀ ਇਹਦਾ ਮਤਲਬ ਪਤਾ ਜੀ? ਕਹਿੰਦਾ ਪਤਾ ਹੈ। ਕਹਿੰਦੇ ਕੀ ਮਤਲਬ? ਕਹਿੰਦਾ ਇਹਦਾ ਮਾਇਨਾ ਇਹ ਹੈ ਕਿ ਮੈਂ ਤੇਰੀ ਆਸ ਵਿੱਚ ਹਾਂ, ਕਿਰਪਾ ਕਰ ਗੁਰੂ ਮੈਨੂੰ ਆਪਣੇ ਕਲਾਵੇ ਵਿੱਚ ਲੈ, ਮੈਨੂੰ ਆਪਣੇ ਗਲੇ ਨਾਲ ਲਾ। ਸਤਿ ਸੰਗਤ ਉਹਨਾਂ ਨੇ ਹੱਸ ਕੇ ਮਜ਼ਾਕ ਕਰਕੇ ਹੁਜਤ ਕਰਕੇ ਪਹੁੰਚੀ ਕਰਕੇ ਆਖਿਆ, ਉਹ ਸਿੱਧਿਆ ਅਨੰਦਪੁਰ ਦਾ ਵਾਸੀ ਤੈਨੂੰ ਆਪਣੇ ਗਲੇ ਨਾਲ ਲਾਏਗਾ? ਆ ਵੇਖ ਤੇਰੇ ਸਰੀਰ ਦੇ ਪਾਟੇ ਹੋਏ ਕੱਪੜੇ, ਮੈਲੀ ਜੀ ਪੱਗ, ਟੁੱਟਾ ਜਿਹਾ ਤੇਰਾ ਬੇੜਾ, ਤੇ ਤੂੰ ਕਹਿੰਦਾ ਅਨੰਦਪੁਰ ਦਾ ਵਾਸੀ, ਮੈਨੂੰ ਆਪਣੇ ਕੋਲੇ ਬਿਠਾਵੇ, ਤੇਰੇ ਬੇੜੇ ਵਿੱਚ ਚੜ੍ਹੇ, ਇਹ ਆਪਣੇ ਮਨ ਦਾ ਸੁਪਨਾ ਐਵੇਂ ਅਜ਼ਾਈ ਦਵਾ ਦੇ ਤਾਂ ਚੰਗਾ ਹੈ। ਸਤਿ ਸੰਗਤ ਉਸ ਸਹਿਜੇ ਮਲਾਹੇ ਇਹਨਾਂ ਦੀ ਕਿਸੇ ਗੱਲ 'ਤੇ ਅਸਰ ਨਾ ਕਰਦਿਆਂ ਹੋਇਆ ਆਪਣੇ ਬੇੜੇ ਦਾ ਕੁੰਡਾ ਖੋਲਿਆ ਅਤੇ ਚੱਪੂ ਲਾਏ ਦਰਿਆ ਲਿਆ, ਤੂੰ ਚਾਲੇ ਲੈ ਗਿਆ, ਅਸਰ ਕੀਤਾ ਉਹਨਾਂ ਦੀ ਗੱਲ ਨੇ। ਕਹਿੰਦਾ ਹੇ ਅਨੰਦਪੁਰ ਦੇ ਵਾਸੀ ਦਾਤਾ, ਜਿਹੜੀ ਗੱਲ ਮੇਰੇ ਮਲਾਹ ਭਰਾ ਕਹਿ ਰਹੇ ਨੇ, ਕੀ ਇਹ ਗੱਲ ਸੱਚ ਹੈ? ਤੂੰ ਸੱਚਮੁੱਚ ਅਮੀਰਾਂ ਦਾ ਯਾਰ ਹੈ, ਤੂੰ ਸੱਚਮੁੱਚ ਸੱਚਮੁੱਚ ਚੰਗੇ ਕੱਪੜੇ ਪਹਿਨਣ ਵਾਲਿਆਂ ਦਾ ਮਿੱਤਰ ਹੈ, ਸੱਚੀ ਮੁੱਚੀ ਤੂੰ ਚੰਗੇ ਬੇੜੇ ਵਿੱਚ ਸਵਾਰ ਹੋਣਾ ਹੈ। ਦਾਤਾ ਜੀ ਇੱਦਾਂ ਦੀ ਗੱਲ ਹੋਈ ਤਾਂ ਤੇਰੇ ਸਿਰ ਦੀ ਨਮੋਸ਼ੀ ਹੋ ਜਾਣੀ ਹੈ, ਇੱਜ਼ਤ ਬੇਇੱਜ਼ਤੀ ਵਿੱਚ ਬਤੀਤ ਹੋ ਜਾਣੀ ਹੈ। ਦਾਤਾ ਕਿਰਪਾ ਕਰ, ਆਪਣੇ ਸਿਰ ਦੀ ਲੱਜਾ ਆਪ ਪਾ ਲਾ, ਧਿਆਨ ਧਰ ਕੇ ਅਨੰਦਪੁਰ ਦੇ ਵਾਸੀ ਦੇ ਚਰਨਾਂ ਦਾ ਇੱਕ ਸੱਜੀ ਸੁਖੀ ਅਰਦਾਸ ਸਿੱਧਾ ਮਾਰ ਦਰਿਆ ਵਿੱਚ ਪਾਰ ਖਲੋਤਾ ਹੋਇਆ ਵਗ ਰਹੀ ਹਵਾ ਨੂੰ
ਚੱਲੀਆਂ ਤੇ ਮੇਰਾ ਇੱਕ ਸੁਨੇਹਾ ਅਨੰਦਪੁਰ ਦੇ ਵਾਸੀ ਨੂੰ ਦੇ ਦੀ ਜਾਈ ਲੰਘੇ ਸੈਦਾ ਬਣਾ ਕੀ ਕਹਿ ਰਿਹਾ ਤੁਹਾਡੇ ਦੇ ਕੇ ਸਰਣ ਕਰੋ ਆਪ ਜੀ ਦੇ ਸਾਨੂੰ ਬੇਨਤੀ ਸੰਗਤ ਜੀ ਸੱਜੀ ਸੁੱਚੀ ਅਰਦਾਸ ਇਕਾਗਰਤਾ ਨਾਲ ਕੀਤੀ ਜਾਵੇ
ਤਾਂ ਉਹ ਅਰਦਾਸ ਬਿਲਕੁਲ ਪੂਰਨ ਹੁੰਦੀ ਹੈ। ਬਾਣੀ ਪੜ੍ਹਨ ਵਾਲਿਆਂ ਨੂੰ ਇਸ ਗੱਲ ਦਾ ਪਤਾ ਹੋਵੇਗਾ, ਸਤਿਗੁਰੂ ਜੀ ਦੀ ਬਾਣੀ ਦੇ ਅੰਦਰ 98 ਵਾਰ ਅਰਦਾਸ ਲਫ਼ਜ਼ ਆਇਆ, 98 ਵਾਰ, 98 ਵਾਰ। ਐੜੇ ਦਾ ਮਹਿਮਾ ਹੈ ਅੰਤਰ ਜਾਮੀ, ਰਾਰੇ ਦਾ ਅਰਥ ਹੈ ਰਖਵਾਲਾ, ਦੱਦੇ ਦਾ ਮਹਿਮਾ ਹੈ ਦਾਤਾ ਦੇਣ ਵਾਲਾ, ਤੇ ਸੱਸੇ ਦਾ ਮਹਿਮਾ ਹੈ ਸਰਬਗੁਣੀ ਸੰਪੰਨ। ਇਸ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੋਵੇ ਤੇ ਅਰਦਾਸ ਪ੍ਰਮਾਣ ਕਿਉਂ ਨਾ ਹੋਵੇ। ਪੰਜਾਬੀ ਦਾ ਸ਼ਹਿਰ ਲਿਖਦਾ, ਉਹ ਕਹਿੰਦਾ ਸ਼ਰਧਾ ਨਾਲ ਦੇ ਰਹੇ ਇਨਸਾਨ ਲੱਗਾ ਕਿਹੜਾ ਕੰਮ ਜੋ ਉਸ ਦਾ ਨਾ ਹੋਵੇ। ਪਾਣੀ ਪਾਈਏ ਜਿਸ ਬੂਟੇ ਨੂੰ ਨੇਕ ਦਿਲ ਨਾਲ, ਠੰਡੀ ਕਿਉਂ ਨਾ ਉਸ ਦੀ ਛਾਂ ਹੋਵੇ। ਇੱਕ ਪਲ ਤੇ ਮਿੰਟ ਨਾ ਹੋਵੇ ਜਿੱਦਾਂ ਬੱਚੇ ਨਾਲ ਉਹਦਾ ਜਿਸ ਤਰ੍ਹਾਂ ਨਾ ਹੋਵੇ। ਫਿਰ ਇਹ ਭਗਤਾਂ ਦੇ ਪਿੱਛੇ ਭਗਵਾਨ ਭੱਜਾ ਮਗਰ ਬੱਚੇ ਜਿਸ ਤਰ੍ਹਾਂ ਗਾਹ ਹੋਵੇ। ਸੰਗਤ ਜੀ ਜਿਵੇਂ ਮਾਂ ਨੂੰ ਕਿਹਾ ਹੁੰਦਾ ਨਾ ਆਪਣੇ ਬੱਚੇ ਦਾ, ਨਾਲੇ ਕੰਮ ਕਾਰ ਕਰਦੀ ਹੈ ਤੇ ਨਾਲੇ ਬੱਚੇ ਵਿੱਚ ਧਿਆਨ ਹੁੰਦਾ, ਜਿਵੇਂ ਇੱਕ ਗਾਂ ਜਿਵੇਂ ਇੱਕ ਮੱਝ ਆਪਣੇ ਕੱਟੇ ਬੱਚੇ ਨੂੰ ਦੂਰ ਨਹੀਂ ਨਾ ਜਾਣ ਦਿੰਦੀ। ਸਤਿ ਸੰਗਤ ਇਸ ਤੋਂ ਕਿਤੇ ਜ਼ਿਆਦਾ ਖਿਆਲ ਹੁੰਦਾ ਹੈ ਪਰਮੇਸ਼ਰ ਨੂੰ, ਆਪਣੇ ਭਗਤਾਂ ਦਾ, ਪ੍ਰਭੂ ਨੂੰ ਆਪਣੇ ਭਗਤਾਂ ਦਾ, ਜਿਹੜਾ ਉਸਨੂੰ ਅਰਾਧਾ ਹੈ, ਕਿਰਤਾ ਕਰਦਾ ਹੈ, ਉਸ ਦੀ ਸਤਿ ਸੰਗਤ ਇੱਜ਼ਤ ਦਾ ਭਾਈਵਾਲ, ਉਹਨਾਂ ਦਾ ਰਖਵਾਲਾ ਗੁਰੂ ਆਪ ਬਣਦਾ ਹੈ। ਸੱਜੇ ਪਲਾਹ ਨੇ ਆਖਿਆ, ਦਾਤਾ ਜੇ ਕਿਤੇ ਏਦਾਂ ਹੀ ਹੋਇਆ ਵੀ ਤੂੰ ਅਮੀਰਾਂ ਦਾ ਯਾਰ ਹੋਇਆ, ਵੱਡੇ ਲੋਕਾਂ ਦੇ ਕੋਲ ਤੇਰਾ ਬਹਿਣ ਉੱਠਣ ਹੋਇਆ, ਤੇ ਫਿਰ ਤਾਂ ਤੂੰ ਵਾਕਿਆ ਮੇਰੇ ਕੋਲ ਆਉਣਾ ਨਹੀਂ। ਪਰ ਜੇ ਏਦਾਂ ਦੀ ਕੋਈ ਗੱਲ ਨਾ ਹੋਵੇ ਨਾ, ਤੇ ਆਪਣੇ ਸਿਰ ਦੀ ਲੱਜਾ ਆਪ ਪਾ। ਸਨਮਾਨਯੋਗ ਸਾਧ ਸੰਗਤ ਜਦੋਂ ਸਾਰੀਆਂ ਡੋਰਾਂ ਗੁਰੂ ਤੇ ਸੁਣ ਦਿੱਤੀਆਂ ਜਾਂਦਾ, ਫਿਰ ਜ਼ਿੰਮੇਵਾਰੀ ਬਣ ਜਾਂਦੀ ਹੈ ਗੁਰੂ ਦੀ। ਫਿਰ ਗੁਰੂ ਜਾਣੇ ਤੇ ਗੁਰੂ ਦਾ ਕੰਮ ਜਾਣੇ, ਪਰ ਇਹ ਕੰਮ ਹੁੰਦਾ ਤਾਂ ਇਹ ਹੁੰਦਾ ਉਦੋਂ ਹੈ ਜਦੋਂ ਆਪਣਾ ਆਪ ਗੁਰੂ ਦੇ ਅੱਗੇ ਅਰਪਣ ਕੀਤਾ ਹੋਵੇ, ਆਪਣਾ ਆਪ ਗੁਰੂ ਨੂੰ ਸੌਂਪਿਆ ਹੋਵੇ, ਉਦੋਂ ਫਿਰ ਗੁਰੂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਗੁਰੂ ਕੀ ਸਨਮਾਨਯੋਗ ਸਾਧ ਸੰਗਤ ਇਹ ਖਬਰਾਂ, ਅਰਦਾਸ ਰੂਪੀ ਖਬਰਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ। ਸੰਗਤ ਜੀ, ਪਾਤਸ਼ਾਹ ਨੂੰ ਮਿਲਣਾ ਔਖਾ ਨਹੀਂ, ਬਾਦਸ਼ਾਹ ਨੂੰ ਮਿਲਣਾ ਔਖਾ ਹੈ, ਕਿਉਂਕਿ ਜਿਹੜਾ ਕੋਈ ਅਹੁਦੇਦਾਰ ਹੋਵੇ ਉਹ ਛੇਤੀ ਕੀਤਿਆਂ ਥੋੜ੍ਹੀ ਮੀਟ ਕਰਨ ਦਾ ਸਮਾਂ ਦਿੰਦਾ। ਪਹਿਲਾਂ ਅਪੁਆਇੰਟਮੈਂਟ ਲੈਣੀ ਪੈਂਦੀ ਹੈ, ਫਿਰ ਸ਼ਹਿਰ ਪੁੱਛਣਾ ਪੈਂਦਾ ਵੀ ਕਿੱਥੇ ਜਾਈਏ, ਫਿਰ ਕੋਠੀ ਦਾ ਪਤਾ ਕਰਨਾ ਪੈਂਦਾ ਵੀ ਕਿਹੜੀ ਕੋਠੀ ਨੂੰ ਮਿਲੀਏ। ਪਰ ਸਤਿ ਸੰਗਤ, ਜੇਕਰ ਪਾਤਸ਼ਾਹ ਨੂੰ ਮਿਲਣਾ ਹੋਵੇ ਨਾ, ਸਰੀਰ ਨਾਮ ਹੀ ਆਗਿਆ ਦਿੰਦਾ ਹੋਵੇ, ਇੱਕ ਮਨ ਇੱਕ ਚਿੱਤ ਧੋ ਕੇ, ਨੇਤਰ ਬੰਦ ਕਰਕੇ, ਹੱਥ ਜੋੜ ਕੇ, ਅਰਦਾਸ ਕਰਕੇ ਗੁਰੂ ਨੂੰ ਯਾਦ ਕੀਤਾ ਜਾ ਸਕਦਾ ਹੈ। ਆਪਣੀ ਗੱਲ ਕਲਗੀ ਤਰਦਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਾਈ ਉਸ ਸੈਦੇ ਮੁਲਾਵੇ। ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੰਘਾਸਨ ਤੇ ਸਜੇ ਹੋਏ ਸਨ। ਮਹਾਰਾਜ ਜੀ ਨੇ ਆਖਿਆ, ਘੋੜਾ ਤਿਆਰ ਕਰੋ। ਘੋੜੇ ਦੀ ਕਣ ਤੇ ਤਨ ਪਸੋ ਸਾਰੇ ਸਿੱਖਾਂ ਨੇ ਉਹਦੀ ਹੈਰਾਨੀ ਯਾਦ ਕੀਤੀ ਵੀ ਕੀ ਹੋ ਗਿਆ, ਨਹੀਂ ਜਲਦੀ ਨਾ ਕਿਸੇ ਪਾਸੇ ਕੋਈ ਜੰਗ ਦੀ ਤਿਆਰੀ, ਕੋਈ ਹਮਲਾਵਾ ਹਮਲਾ ਕਰਨ ਵਾਸਤੇ ਚੜ੍ਹਾਈ ਕਰਕੇ ਆਇਆ, ਕੀ ਕਾਰਨ ਹੈ? ਮਹਾਰਾਜ ਜੀ ਨੇ ਸ਼ੈਲੀ ਦੇ ਨਾਲ ਕਿਹਾ ਵੀ ਘੋੜਾ ਤਿਆਰ ਕਰੋ। ਬਿਨਾਂ ਕਿਸੇ ਕਿੰਤੂ ਪਰੰਤੂ ਤੋਂ ਗੁਰੂ ਕੇ ਸਿੱਖਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘੋੜਾ ਤਿਆਰ ਕੀਤਾ। ਹਜ਼ੂਰ ਨੇ ਆਖਿਆ ਵੀ ਇੱਕ ਹੀ ਕੋਸੇ ਵਿੱਚ ਤਿਆਰ ਹੋ ਜਾਓ, ਆਪਾਂ ਕਿਸੇ ਨੂੰ ਹਿੰਦੂ ਸਰ ਕਰਨ ਵਾਸਤੇ ਤੁਰਨਾ। ਸਤਿ ਸੰਗਤ, ਹਜ਼ੂਰ ਦਾ ਘੋੜਾ ਤਿਆਰ ਕੀਤਾ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਹੀ ਕੋਸੇ ਨਾਲ ਤਿਆਰ ਹੋਵੇ। ਮਹਾਰਾਜ ਜੀ ਦਾ ਘੋੜਾ ਨਜ਼ਦੀਕ ਆਇਆ, ਸਤਿਗੁਰੂ ਸਿੰਘਾਸਨ ਤੋਂ ਪੁੱਠੇ ਤੇ ਘੋੜੇ ਕੋਲ ਚਲੇ ਗਏ। ਖੱਬਾ ਹੱਥ ਪਾਇਆ ਘੋੜੇ ਦੀ ਵਾਗ ਨੂੰ, ਖੱਬਾ ਕਦਮ ਘੋੜੇ ਦੀ ਕਾਬ ਵਿੱਚ ਪਾਇਆ ਤੇ ਮਾਰ ਕੇ ਪੜਾਕੀ ਘੋੜੇ ਤੇ ਸਵਾਰ ਹੋ ਗਏ। ਨੀਲੇ ਘੋੜੇ ਨੇ ਸਾਧ ਸੰਗਤ ਸੁਣ ਚੁੱਕੇ ਧਰਤੀ ਤੇ ਰੱਖੇ, ਗੱਲ ਆਕਾਸ਼ ਵੇਲੇ ਚਾਹ ਦਿੱਤੀ ਕਿ ਹਰ ਮੇਰਾ ਨਾਮ ਨਹੀਂ ਕਿਸੇ ਮੁਹਿੰਮ ਨੂੰ ਸਾਧ ਕਰਨ ਵਾਸਤੇ ਤੁਰ ਲੱਗਾ ਹੈ। ਗੁਰੂ ਕੀ ਸਾਜੀ ਭਾਜੀ ਸਾਧ ਸੰਗਤ, ਕੁੱਝ ਲੜਾਈਆਂ ਹੁੰਦੀਆਂ ਮੇਦਾਂ ਦੀਆਂ, ਜਿਹੜੀਆਂ ਲੜਾਈਆਂ ਕਿਰਪਾਨ ਨਾਲ ਜਿੱਤੀਆਂ ਜਾਂਦੀਆਂ ਨੇ, ਕੁੱਝ ਲੜਾਈਆਂ ਹੁੰਦੀਆਂ ਜਿਹੜੀਆਂ ਵਿਚਾਰ ਨਾਲ ਜਿੱਤੀਆਂ ਜਾਂਦੀਆਂ ਨੇ, ਕੁੱਝ ਲੜਾਈਆਂ ਹੁੰਦੀਆਂ ਜਿਹੜੀਆਂ ਪਿਆਰ ਨਾਲ ਜਿੱਤੀਆਂ ਜਾਂਦੀਆਂ ਨੇ, ਪਰ ਕਈ ਲੜਾਈਆਂ ਇੱਦਾਂ ਦੀਆਂ
ਜਿਹੜੀਆਂ ਜਿੱਤੀਆਂ ਨਹੀਂ ਰਹਿ ਸਕਦੀਆਂ ਉਹ ਲੜਾਈਆਂ ਹੋ ਜਾਂਦੀਆਂ ਨੇ ਤਕਰਾਰ ਵਾਲੀਆਂ, ਜਿਹਨਾਂ ਦਾ ਰਿਜ਼ਲਟ ਕੋਈ ਨਾ ਨਿਕਲਦਾ ਹੋਵੇ ਗੱਲ ਨੂੰ ਬਿਨਾਂ ਵਜਾ ਵਧਾਉਣਾ। ਗੁਰੂ ਕੀ ਸਨਮਾਨ ਯੋਗ ਸਾਹਿਬ ਸੱਚੇ ਪਾਤਸ਼ਾਹ ਪਿਆਰ ਦਾ ਜੋ ਜਿੱਤਣ ਵਾਸਤੇ ਤੁਰ ਲੱਗੇ ਨੇ, ਅੱਜ ਉਹਨੇ ਆਪਣੇ ਸਾਥੀ ਸਿੱਖਾਂ ਨੂੰ ਆਵਾਜ਼ ਦੇ ਕੇ ਹੋ ਕੇ ਘੋੜੇ ਤੇ ਸਵਾਰ ਉਸ ਦਰਿਆ ਦੇ ਪਤਨ ਨੂੰ ਰਵਾਨਾ ਹੋਣ ਵਾਸਤੇ ਜਿਵੇਂ ਤਕਰੀਰਾਂ ਕੀਤੀਆਂ ਸੀ ਤੇ ਬਣਾ ਨੂੰ ਵੱਡਾ ਬੱਚਾ ਨਾਲ ਰਾਜ ਵਾਸਤੇ ਰਵਾਨਾ ਹੋਏ, ਉਸ ਵੱਡਾ ਦਾ ਸੀਨ ਸਾਡੇ ਦੇ ਅੱਖਰਾਂ ਵਿੱਚ ਕੈਮਰੇ ਦਾ ਜਫਾ ਲੱਗੀ ਹੈ। ਰੋਸ਼ਨਦਾਰ ਦੇ ਉੱਤੇ ਲੱਠੀ ਪਾਈ
Oh,
ਜਥੇਦਾਰ ਵੀਰ ਸਿੰਘ
ਸਿੰਘ ਤੁਹਾਡੇ ਪਿੰਡ ਦੇ ਆ ਦੋ ਬੱਚੇ ਜਿਹਨਾਂ ਨੂੰ ਲਾਗਤ ਲੱਗੀ ਆ ਤੇ ਹੁਣ ਬਾਣੇ ਦੇ ਵਿੱਚ ਹੀ ਰਹਿੰਦੇ ਨੇ। ਗੁਰੂ ਕਿਰਪਾ ਕਰੇ ਨਾ ਤੇ ਇਹਦਾ ਕਰਕੇ ਹੋਰ ਵੱਧ ਸੱਚੇ ਸਾਹਿਬਾਨ ਕੇ ਸੱਚੇ ਸਾਹਿਬਾਨ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ, ਬੜੇ ਪਿਆਰ ਦੇ ਨਾਲ ਸੰਗਤਾਂ ਨੇ ਗੱਤਕੇ ਦਾ ਪੜਾਅ ਦੇਖਿਆ। ਸੋ ਅਗਲਾ ਪੜਾਅ ਸਰਦਾਰ ਪ੍ਰਗਟ ਸਿੰਘ ਜਿੱਥੇ ਦੱਸ ਰਹੇ ਨੇ ਬੱਸ ਅੱਡੇ 'ਤੇ, ਉੱਥੇ ਆਪਾਂ ਤੁਹਾਨੂੰ ਅਗਲੇ ਹੋਰ ਗੱਤਕੇ ਦੇ ਜੌਹਰ ਜਿਹੜੇ ਆ ਦਿਖਾਲਣ ਦਾ ਯਤਨ ਕਰਾਂਗੇ। ਸੰਗਤਾਂ ਦਾ ਬਹੁਤ ਧੰਨਵਾਦ, ਤੁਸੀਂ ਪਿਆਰ ਪਿਆਰ ਚੱਪੂ ਲਾਉਂਦਾ ਗਿਆ। ਜਿਉਂ ਜਿਉਂ ਉਹ ਪੱਤਨ ਦਾ ਕੰਢਾ ਨੇੜੇ ਆਉਂਦਾ ਗਿਆ, ਸਹਿਦੇ ਵਾਲਾਂ ਨੂੰ ਸੰਸਲਤ ਹੋਰ ਵੀ ਪ੍ਰਵੀਨ ਇੱਛਾ ਪ੍ਰਭ ਹੁੰਦੀ ਗਈ। ਮਨ ਵਿੱਚ ਬਿਰਹਾ ਜਾਗਦੀ ਗਈ, ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ।
ਫਰੀਦਾ ਜੰਤਰ ਬਿਰਹੋ ਨਾ ਉਪਜੈ ਸੋ ਤਨ ਜਾਣੋ ਸਾਜਿਆ ਦਾ ਭਾਵ ਹੈ ਤਾਂ ਜਿਹੜੇ ਹਿਰਦੇ ਵਿੱਚ ਪ੍ਰਭੂ ਨੂੰ ਮਿਲਣ ਦੀ ਤਾਂ ਜਿਹੜਾ ਪੈਦਾ ਹੁੰਦੀ ਪ੍ਰਭੂ ਨੂੰ ਮਿਲਣ ਦੀ ਸਤਸੰਗਤ ਬਿਰਹਾ ਪੈਦਾ ਨਹੀਂ ਹੁੰਦੀ ਉਹ ਸਰੀਰ ਜਿਉਂਦੇ ਜੀ ਇੱਕ ਮਿੱਟੀ ਦੀ ਨਿਆਈ ਹੈ ਮੜੀ ਦੀ ਨਿਆਈ ਹੈ ਗੁਰੂ ਰਹਿਮ ਕਰੇ ਆਪਣੇ ਪਿਆਰੇ ਨਾਲ ਮਿਲਣ ਦੀ ਪ੍ਰਵੀਨ ਇੱਛਾ ਸਾਡੇ ਵੀ ਮਨ ਵਿੱਚ ਪੈਦਾ ਹੋ ਜਾਵੇ ਸਤਸੰਗਤ ਸਹਿਜੇ ਮਲਾਹ ਨੇ ਚੱਕੂ ਲਾਏ ਵਿਦਵਾਨ ਲਿਖਦਾ ਹੈ ਉਹ ਕਹਿੰਦਾ ਨਜ਼ਰ ਪਏ ਦਸ਼ਮੇਸ਼ ਮਲਾਹ ਦੀ ਜਾਂ ਨੀਲੇ ਘੋੜੇ ਤੇ ਬੰਕਾ ਜਵਾਨ ਦਿਸੇ ਝਲਕ ਕਲਗੀ ਦੀ ਡੱਕ ਹੀਰਿਆਂ ਦੀ ਬਾਦਸ਼ਾਹਾਂ ਨਾਲੋਂ ਉੱਚੀ ਸ਼ਾਨ ਦਿਸੇ ਉੱਥੇ ਜੁੱਤ ਕੀ ਰਾਜਿਆਂ ਰਾਣਿਆਂ ਦੀ ਬਿਜਲੀ ਚਮਕਦੀ ਵਿੱਚ ਅਸਮਾਨ ਦਿਸੇ ਸਨਮਾਨ ਗੁਰ ਸਾਹਿਬ ਸੰਗਤ ਸਹਿਜੇ ਮਲਾਹ ਨੂੰ ਗੁਰੂ ਸਾਹਿਬ ਜੀ ਦੇ ਦੀਦਾਰ ਹੋਣੇ ਸ਼ੁਰੂ ਹੋ ਗਏ ਦੀਦਾਰ ਵਿਦਵਾਨ ਲਿਖਦਾ ਹੈ ਉਹ ਕਹਿੰਦਾ ਉਹ ਤਾਂ ਬਿਰਹਾ ਦੀ ਤੜਪ ਭਜਾਰਿਆ ਸੀ ਨੇੜੇ ਘਾਟ ਤੇ ਜਿਉਂ ਜਿਉਂ ਆ ਰਿਹਾ ਸੀ ਤਪਦੇ ਦਿਲਾਂ ਉੱਤੇ ਠੰਡ ਪੈਣ ਲੱਗ ਪਈ ਨੇੜੇ ਘਾਟ ਦੇ ਜਿਉਂ ਜਿਉਂ ਆ ਰਿਹਾ ਸੀ ਗੁਰੂ ਕੀ ਸਾਜੀ ਨਵਾਜੀ ਸਤ ਸੰਗਤ ਭਾਈ ਸਹਿਜਾ ਮਲਾਹ ਹਜ਼ੂਰ ਦੇ ਨਜ਼ਦੀਕ ਚਲੇ ਗਏ ਬੇੜਾ ਰੋਕਿਆ ਕੁੰਡਾ ਪਾਇਆ ਤੇ ਬੇੜੇ ਚੋਂ ਹੇਠਾਂ ਉਤਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਢਹਿ ਹੋ ਗਏ ਡੰਡੌਤ ਵੰਦਨ ਕੀਤੀ ਸਿੱਧੇ ਲੰਮੇ ਪੈ ਗਏ ਸਹਿਜਾ ਮਲਾਹ ਮਹਾਰਾਜ ਜੀ ਦੇ ਚਰਨਾਂ ਤੇ ਇਕੱਠਾ ਪਿਆ ਪਿਆਰ ਦੇ ਹੰਝੂਆਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਧੋ ਦਿੱਤੇ ਸਨਮਾਨ ਯੋਗ ਸਾਧ ਸੰਗਤ ਕਿਸੇ ਵਕਤ ਸਾਡੇ ਹੰਝੂਆਂ ਦੇ ਵਿੱਚ ਏਡੀ ਵੱਡੀ ਤਾਕਤ ਹੁੰਦੀ ਆ ਕਿ ਉਹ ਹੀਰੇ ਮੋਤੀਆਂ ਨਾਲੋਂ ਵੀ ਮਹਿੰਗੇ ਹੁੰਦੇ ਨੇ ਪਿਆਰ ਦੇ ਹੰਝੂ ਆਪਣੇ ਮਹਾਰਾਜ ਜੀ ਨੇ ਸ਼ੇਰ ਜੇ ਵੀ ਨਾ ਹੋ ਕੇ ਸ਼ੇਰ ਦਾ ਅੰਤ ਹੈ ਸਵੇਰ ਆਉਣ ਵਾਲੀ ਸਵੇਰ ਤੱਕ ਹੋ ਸਕਦਾ ਹੈ ਇਹ ਕੋਲ ਨਾ ਹੋ ਪਰ ਮੈਂ ਕਿਸੇ ਵੱਲ ਦਾ ਗੇੜਾ ਨਹੀਂ ਕਰਾਂਗਾ ਮੈਂ ਸ਼ੁਕਰਾਨਾ ਕਰਦਾ ਕਰੂੰਗਾ ਪਰਮੇਸ਼ਰ ਦਾ ਜਿਸ ਨੇ ਇਹ ਪੁੱਤ ਦਿੱਤੇ ਤੇ ਮੈਂ ਆਪਣੀ ਜ਼ਿੰਮੇਵਾਰੀ ਕੌਮ ਤੋਂ ਪੁੱਤ ਕੁਰਬਾਨ ਕਰਕੇ ਨਿਭਾ ਦਿੱਤੀ ਸਤਿ ਸ੍ਰੀ ਅਕਾਲ ਅੱਠ ਪੌਦਾ ਦੇ ਚੜ੍ਹਦਾ ਹੈ ਇੱਕ ਪਾਸੇ ਜਾ ਵਾਲੀ ਦੇ ਨਾਰਿਆਂ ਦੀ ਆਵਾਜ਼ ਆਉਂਦੀ ਹੈ ਇੱਕ ਪਾਸੇ ਰੂਹ ਕੇ ਸਿੱਖ ਨਗਾਰੇ ਦੀ ਚੋਟ ਤੇ ਚੋਟ ਲਾਉਂਦੇ ਨੇ ਜੈਕਾਰਿਆਂ ਦੇ ਨਾਲ ਅਸਮਾਨ ਖੂਹ ਲੁੱਟਦਾ ਹੈ ਉਹ ਵੀ ਕੀ ਹੈ
ਧਾਰਨ ਕਰਵਾਈ। ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਕਿਰਪਾਨ ਢਾਕੇ ਲਟਕਾਈ, ਮੋਢੇ ਤੀਰਾਂ ਦਾ ਪੱਥਰ, ਇੱਕ ਮੋਢੇ ਕਮਾਨ, ਕਮਲ ਕੱਸਾ ਲਗਾਇਆ, ਸ਼ੀਸ਼ ਤੇ ਮਹਾਰਾਜ ਜੀ ਨੇ ਦਸਤਾਰ ਸਜਾਈ, ਜਿਗਾ ਤੇ ਕਲਗੀ ਲਾਈ, ਆਪਣੀਆਂ ਅੱਖਾਂ ਦੇ ਸਾਹਮਣੇ ਖੜਾ ਕਰਕੇ ਜਹਾਜ਼ ਨੂੰ ਇੱਕ ਵਾਰ ਵੇਖਿਆ ਕਿ ਮੇਰੇ ਪੁੱਤ ਦੀ ਚੜ੍ਹਾਈ ਵਿੱਚ ਕੋਈ ਰੀਤ ਬਾਕੀ ਤਾਂ ਨਹੀਂ। ਜਿਵੇਂ ਅੱਜ ਦਾ ਬਾਪ ਆਪਣੇ ਪੁੱਤ ਨੂੰ ਬਰਾਤੇ ਚੰਦ ਵੇਲੇ ਤਿਆਰ ਕਰਦਾ ਨਾ ਕਿ ਮੇਰੇ ਪੁੱਤ ਨੇ ਨੂੰਹ ਰਾਣੀ ਘਰ ਵਿੱਚ ਵਿਆਹ ਕੇ ਲੈ ਕੇ ਆਉਣੀ ਹੈ, ਪਰ ਗੁਰੂ ਨੂੰ ਪਤਾ ਹੈ ਕਿ ਮੇਰਾ ਪੁੱਤ ਮੈਥੋਂ ਆਗਿਆ ਲੈ ਕੇ ਚੱਲਿਆ, ਪਰ ਇਹਨੇ ਜਿਉਂਦੇ ਜੀ ਵਾਪਸ ਨਹੀਂ ਆਉਣਾ। ਸਾ ਸੰਗਤ ਉਸ ਬਾਪ ਦੇ ਦਿਲ ਤੇ ਕੀ ਗੁਜ਼ਰਦੀ ਹੋਵੇਗੀ, ਪਰ ਮੇਰਾ ਦਾ ਵਾਲੀ ਕਸ ਤੁਮਸ ਨਹੀਂ। ਉਹਦੇ ਚਿਹਰੇ ਦੀ ਨੂਰਾਨੀ ਝਲਕ ਰਤਾ ਜਿੰਨੀ ਵੀ ਸਾ ਸੰਗਤ ਕਮਜ਼ੋਰ ਨਹੀਂ। ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਆਪਣੇ ਪੁੱਤ ਨੂੰ ਦਿੱਤੀ ਆ ਗਿਆ। ਹਜ਼ੂਰ ਦੇ ਪੁੱਤਰ ਦਾ ਘੋੜਾ ਹੋਇਆ ਤਿਆਰ, ਘੋੜਾ ਤਿਆਰ ਕਰਕੇ ਗੁਰੂ ਦੀਆਂ ਫੌਜਾਂ ਨੇ ਹਜ਼ੂਰ ਦੇ ਪੁੱਤ ਦੇ ਨਜ਼ਦੀਕ ਕੀਤਾ। ਘੋੜੇ ਦੇ ਕੋਲ ਜਾ ਕੇ ਸਾਜਾ ਦਾ ਬਾਬਾ ਜਗਤ ਸਿੰਘ ਨੇ ਪਾਇਆ ਖੱਬਾ ਹੱਥ ਘੋੜੇ ਦੀ ਬਾਗ ਨੂੰ, ਖੱਬਾ ਪੈਰ ਘੋੜੇ ਦੀ ਕਾਬ ਵਿੱਚ ਚਕਾਇਆ, ਮਾਰ ਕੇ ਪਲਾਟੀ ਹੋਇਆ ਘੋੜੇ ਤੇ ਸਵਾਰ, ਦੋਵੇਂ ਪੱਬ ਕਾਬਾਂ ਵਿੱਚ ਚਕਾ ਲਏ, ਵਾਕ ਖਿੱਚੀ ਗੁਰੂ ਕੇ ਰਾਮ ਨੇ, ਸਾ ਸੰਗਤ ਘੋੜੇ ਨੂੰ ਵੀ ਚਾਰ ਚੱਕਿਆ, ਸੁੱਟ ਕੇ ਧਰਤੀ ਦੀ ਹਿੱਟ ਦੇ ਇੱਕ ਤੇ ਰੱਖੇ, ਫਿਰ ਆਕਾਸ਼ ਵੱਲੇ ਚੜ੍ਹ ਦਿੱਤੀ। ਮਹਾਰਾਜ ਸੱਜੇ ਪਾਤਸ਼ਾਹ ਜੀ ਦੇ ਕੋਲ ਹੋ ਕੇ ਬਾਬਾ ਜਗਤ ਸਿੰਘ ਥੋੜਾ ਜਿਹਾ ਝੁਕੇ, ਝੁੱਕ ਕੇ ਆਪਣੇ ਪਿਤਾ ਤੋਂ ਆਸ਼ੀਰਵਾਦ ਲਿਆ। ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਹਮ ਗੁਸਾਈ ਦਾ ਪਹਿਲਵਾਨਾ, ਮੈਂ ਗੁਰਮਨ ਉਦਤ ਮੰਨਦਾ, ਅਸਾਂ ਹੋਈ ਚੇਂਜ ਇਕੱਠੀਆਂ ਦਾ ਹੀ ਬੈਠਾ ਵੇਖੇ ਆਪ ਜੀਓ। ਵਾਤ ਵੰਦੀ ਟਪਕ ਭੇਲੀਆਂ, ਮਨ ਲੱਥੇ ਲੱਥੇ ਫੇਰੀਆਂ, ਨਿਹਾਤੇ ਪੰਜ ਜਵਾਨ ਮੈਂ ਗੁਰ ਥਾਪੇ ਦਿੱਤੀ ਕਰ ਜੀਓ। ਜਿਸ ਦੀ ਪਿੱਠ ਤੇ ਥਾਪੜਾ ਗੁਰੂ ਦਾ ਹੋਵੇ, ਦੁਨੀਆਂ ਦੀ ਕੋਈ ਤਾਕਤ ਪਦਾਰਥਾਂ ਨਹੀਂ ਰੁਕ ਸਕਦੀ। ਹਜ਼ੂਰ ਦਾ ਪੁੱਤਰ ਤਿਆਰ ਪਰ ਤਿਆਰ ਹੈ। ਮਹਾਰਾਜ ਜੀ ਨੇ ਬਾਬਾ ਕਾਠਾ ਸਿੰਘ ਤੇ ਮਦਨ ਸਿੰਘ ਨੂੰ ਆਖਿਆ, ਗੜੀ ਦਾ ਦਰਵਾਜ਼ਾ ਖੋਲ ਦਿਓ, ਚਲੋ ਚਪਟ ਗੜੀ ਦਾ ਦਰਵਾਜ਼ਾ ਖੁੱਲਾ। ਵਿਦਵਾਨ ਲਿਖਦਾ ਹੈ, ਉਹ ਕਹਿੰਦਾ ਹਰੇ ਹਰੇ ਕਹਿਣਾ ਤੋਂ ਪਰੇ ਪਰੇ ਰਹਿਣਾ ਤੋਂ ਘਰੇ ਘਰੇ ਬਹਿਣਾ ਤੋਂ ਬਣੀ ਦਾ ਲੜਾਕੇ ਨਾ, ਕਾਮੀ ਵਿਚਾਰਨਾ ਤੋਂ, ਦੇਸ਼ ਦੇ ਗਦਾਰਨਾ ਤੋਂ, ਪਿੰਡ ਦੇ ਬਜ਼ਾਰਨਾ ਤੋਂ, ਸੁਧਰ ਦੇ ਇਲਾਕੇ ਨਾ, ਦੁੱਧਾਂ ਦੇ ਪਿਆਕਲਾਂ ਤੋਂ, ਮੱਖਣੀ ਦੇ ਪਿਆਕਲਾਂ ਤੋਂ, ਦਿਲਾਂ ਦੇ ਪਿਆਕਲਾਂ ਤੋਂ ਕੱਟੇ ਜਾਣ, ਫਾਕੇ ਨਾ, ਕਰਤਾਰ ਜਾਨ ਹੀਲੇ ਬਿਨਾ, ਮਰਦ ਅਖੀਲੇ ਬਿਨਾ, ਖੂਨ ਜਸ਼ੀਲੇ ਬਿਨਾ, ਜਿੱਤੇ ਜਾਣ ਸਾਕੇ ਨਾ, ਹੋ ਕੇ ਗੁਰੂ ਕਾ ਲਾਲ ਤਿਆਰ ਹੋ ਤਿਆਰ, ਉਹਦੇ ਗੁਰੂ ਦੀ ਲਈ ਆਗਿਆ ਪੜਿਆ ਦੁਕਾਨ ਉੱਪਰ ਨਸ਼ੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਆਪਾਂ ਨੰਬੇ ਉੱਤੇ ਗੁਰਮੇ ਸੰਗ ਸਦਾ ਹੈ ਨਾਲੇ ਸੁਰ ਸੁਰਤ ਤੇ ਸਦਾ ਸਮਾਲੇ ਕਰਕੇ ਪਿਤਾ ਨੂੰ ਯਾਦ ਕਰਕੇ ਗੁਰੂ ਦੀ ਬਾਣੀ ਨੂੰ ਯਾਦ ਲਾ ਕੇ ਘੋੜੇ ਨੂੰ ਅੱਧੀ ਖਿੱਚ ਕੇ ਵਾਗਾ ਦੜਾ ਕੇ ਘੋੜਾ ਮੈਦਾਨੇ ਜੰਗ ਤੇ ਪਹੁੰਚ ਕੇ ਜਾਲਾਂ ਦਾ ਆਹੂ ਜਮੇ ਲਾਇਆ ਵਾ ਦੇਖਣਾ ਚਾਹੇ Thank you.
ਧੋਏ ਜਾਂਦੇ। ਬਾਗ ਖੁਸ਼ੀ ਤੇ ਹੱਸਿਆ ਨਹੀਂ ਜਾਂਦਾ, ਰੋਣੇ ਗਵਾਂ ਤੇ ਬਾਜ ਨਾ ਰੋਏ ਜਾਂਦੇ। ਬਿਨਾਂ ਦਰਦਾਂ ਨਾਲ ਸੀਨੇ ਵਿੱਚ ਛੇਕ ਪੈਂਦੇ ਤੇ ਛੇਕਾਂ ਬਿਨਾਂ ਨਾ ਮੋਤੀ ਪਰੋਏ ਜਾਂਦੇ। ਸ਼ਰਫਦਾਰ ਗੁਲਾਮੀ ਦੇ ਕੌਮ ਤੋਂ ਅਣਖੀ ਖੂਨ ਦੇ ਬਾਜ ਨਾ ਧੋਏ ਜਾਂਦੇ। ਗੁਰੂ ਕਾ ਸਾਹਿਬਜ਼ਾਦਾ ਨਾ ਜਾਣੇ ਜਨਮੇ ਜੂਤ ਦਾ ਸ਼ਹੀਦ ਹੁੰਦਾ ਹੋਇਆ ਡਿੱਗਦਾ ਹੋਇਆ। ਚਮਕੌਰ ਦੀ ਗੜੀ ਗੱਲ ਆਪਣਾ ਮੂੰਹ ਕਰਕੇ ਗੁਰੂ ਪਿਤਾ ਨੂੰ ਜਾਂਦੀ ਹੋਈ ਫਤਿਹ ਸਾਂਝੀ ਕਰਦਾ, ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਨੇ ਫਤਿਹ ਦਾ ਜਵਾਬ ਦਿੱਤਾ ਤੇ ਲੜੀ ਵਾਰ ਪੰਜ ਜਕਾਰੇ ਛੱਡੇ ਪੰਜ। ਵਜ਼ੀਰ ਖਾਨ ਮੂੰਹ ਚ ਪੁਤਲਾ ਪਾ ਕੇ ਬਹਿ ਗਿਆ, ਕਹਿੰਦਾ ਹੱਦ ਹੋ ਗਈ, ਉਹ ਤੂੰ ਲੋਕਾਂ ਦੇ ਪੁੱਤ ਮਰਨ ਤੇ ਇੱਕ ਜਕਾਰਾ ਤੇ ਆਪਣੇ ਪੁੱਤ ਮਾਰਿਆ ਤੇ ਪੰਜ ਜਕਾਰੇ ਛੱਡਦਾ, ਇਸ ਮਿੱਟੀ ਦਾ ਬਣਿਆ ਗੁਰੂ। ਸਤਿ ਸ੍ਰੀ ਅਕਾਲ। ਇਹ ਫੇਵਰ ਤਾਂ ਕੇਵਲ ਕਲੀਆਂ ਵਾਲੇ ਗੁਰਦੇਵ ਦੇ ਹਿੱਸੇ ਵਿੱਚ ਆਇਆ ਸੀ। ਮਹਾਰਾਜ ਜੀ ਨੇ ਆਖਿਆ ਸ਼ਾਬਾਸ਼ ਕਿਸਨ, ਖੂਬ ਗਲੇ ਨਹੀਂ ਸਜਣੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਬਣੇ ਹੋ। ਜਗਵਾਲ ਨੇ ਲਿਖਿਆ ਹੈ, ਉਹ ਕਹਿੰਦਾ ਹੈ ਕਲੀਆਂ ਵਾਲਿਆ ਕਰਾਂ ਕਿਸਨ ਤੇਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦਾ ਹੋਇਆ ਉਹ ਗੁਰੂ ਸਾਹਿਬ ਨੂੰ ਨਮਸਕਾਰ ਕਰਦਾ ਹੋਇਆ ਕਹਿ ਰਿਹਾ, ਮਹਾਰਾਜ ਤੇਰੀ ਸਿਫਤ ਮੈਂ ਕਿਹੜੇ ਲਫ਼ਜ਼ਾਂ ਵਿੱਚ ਕਿਹੜੇ ਅਲਫਾਜ਼ਾਂ ਵਿੱਚ ਕਰਾਂ। ਫਿਰ ਦੁਨੀਆਂ ਦੇ ਲੋਕਾਂ ਨੇ ਕਿਸੇ ਨੇ ਕੁਝ ਦਾਨ ਕੀਤਾ, ਕਿਸੇ ਨੇ ਕੁਝ ਦਾਨ ਕੀਤਾ, ਪਰ ਦਾਨਾ ਤੋਂ ਦਾਨ ਦੀ ਹੱਦ ਤੂੰ ਕਰ ਦਿੱਤੀ। ਤੂੰ ਪੋਤੀ ਕੌਮ ਤੋਂ ਦਾਨ ਕਰ ਦਿੱਤੇ, ਨਿਸ਼ਾਵ ਕਰ ਦਿੱਤੇ। ਗੁਰੂ ਕੀ ਸਨਮਾਨ ਯੋਗ ਸਾਧ ਸੰਗਤ ਸਾਹਿਬ ਨੇ ਲਿਖਿਆ ਹੈ, ਉਹ ਕਹਿੰਦਾ ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂੰ ਨੇ ਪਾਈ ਉਪਕਾਰ ਕੀਏ। ਇੱਕ ਖਾਲਸਾ ਖਾਲਸ ਖਲਕ ਸਜਾ, ਜਾਤੋਂ ਕੇ ਭੇਦ ਨਿਕਾਲ ਦੀਏ। ਉਸ ਤੇਗ ਕੇ ਬੇਟੇ ਤੇਗ ਪਕੜ, ਦੁਖੀਓ ਕੇ ਕਾਟ ਜੰਜਾਲ ਦੀਏ। ਇਸ ਵਤਨ ਔਰ ਮੁਲਕ ਕੀ ਖਿਦਮਤ ਮੇਂ, ਕਹੀਂ ਬਾਪ ਦੀਆ ਕਹੀਂ ਲਾਲ ਦੀਏ। ਸਨਮਾਨ ਯੋਗ ਸਾਧ ਸੰਗਤ ਸਾਡੇ ਮਨ ਆਪ ਕਰ ਜਸ ਗਾਵੀਐ, ਜੇ ਪ੍ਰਸਾਦ ਤੁਧ ਸਭ ਤੋਂ ਮਨ ਮੁਕਤਾ ਕੋ ਸਰਸੰਦ ਬਨ, ਜੇ ਪ੍ਰਸਾਦ ਤੇਰੋ ਰਹਿਤਾ ਧਰਮਾ ਲਿਰਲਾਓ ਤੁਰਾਮ ਸਹੀ, ਜੇ ਪ੍ਰਸਾਦ ਤੇਰਾ ਮੁਲ ਰਹਿਤਾ ਮਨ ਸੁਖ ਪਾਵੈ ਹਰਿ ਦਸੈ, ਜੇ ਪ੍ਰਸਾਦ ਤੇਰੇ ਸਦ ਸੁਖਾ, ਜੇ ਪ੍ਰਸਾਦ ਤੁਧ ਕੋ ਨਾ ਹੋਵੈ ਅੰਤਾ ਸਿਰੋ ਮਨ ਕੁਸਨ ਸਿਮਰਤ ਗੁਆਚੈ, ਜੇ ਪ੍ਰਸਾਦ ਸਵਰਤ ਸੁਨਾਰੀ ਮਨ ਰੰਗਤ ਤਪੋ ਸੁਨਾ ਪਿਤਾ, ਜੇ ਪ੍ਰਸਾਦ ਸੁਨਾ ਰਾਮ ਪ੍ਰਵੇ